ਮਰੀਅਮ ਜਿਹੜੀ ਉਹ ਦੇਖੋ, ਇੱਕ ਤਾਂ ਉਹ ਦੂਜੇ ਧਰਮ ਦੀ ਗੱਲ ਹੈਗੀ, ਮੈਂ ਉਹਦੇ ਉੱਤੇ ਕਿੰਤੂ ਕਰਦਾ ਚੰਗਾ ਨਹੀਂ ਲੱਗਦਾ, ਅੱਛਾ ਨਹੀਂ ਲੱਗਦਾ ਨਾ। ਨਹੀਂ ਆਪਾਂ ਆਮ ਗੱਲ ਜਿਹੜੀ ਹੈ ਜਨਰਲ ਗੱਲ ਉਹ ਤਾਂ ਆਪਾਂ ਕਰ ਸਕਦੇ ਹਾਂ ਕਿ ਕਿਸੇ ਔਰਤ ਨੂੰ ਉਹਦਾ ਸ਼ਾਦੀ ਨਾ ਹੋਈ ਹੋਵੇ, ਕੋਈ ਔਰਤ ਮਰਦ ਦੇ ਸੰਪਰਕ ਵਿੱਚ ਨਾ ਆਵੇ ਅਤੇ ਉਹਨੂੰ ਬੱਚਾ ਪੈਦਾ ਹੋ ਜਾਵੇ, ਇਹ ਸੰਭਵ ਨਹੀਂ ਹੈਗਾ। ਪ੍ਰੇਜ਼ ਦ ਲਾਰਡ, ਹਾਲੇਲੂਇਆ, ਸਾਰਿਆਂ ਨੂੰ ਜੈ ਮਸੀਹ ਦੀ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ। ਮੈਂ ਅਹਿਸਾਸ ਕਰਦਾ, ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਔਰ ਮੈਂ ਦੱਸਣਾ ਚਾਹੁੰਦਾ ਕਿ ਜੋ ਤੁਸੀਂ ਹੁਣੇ ਹੁਣੇ ਇਸ ਵੀਡੀਓ ਕਲਿੱਪ 'ਚ ਦੇਖਿਆ, ਜੋ ਇਕਬਾਲ ਸਿੰਘ ਢਿੱਲੋਂ ਜੀ ਸਾਡੇ ਮਾਤਾ ਮਰੀਅਮ ਜੀ ਦੇ ਬਾਰੇ ਦੱਸ ਰਹੇ ਨੇ ਕਿ ਇੱਕ ਕੁਆਰੀ ਤੋਂ ਕਿਵੇਂ ਬੱਚਾ ਪੈਦਾ ਹੋ ਸਕਦਾ ਹੈ ਨਾ, ਤੋ ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹੀ ਆ ਕਿ ਜੋ ਲੋਕ ਪ੍ਰਭੂ 'ਚ ਨਵੇਂ ਨੇ ਜਾਂ ਬਾਈਬਲ ਪਵਿੱਤਰ ਵਚਨ ਦੇ ਗਿਆਨ ਨੂੰ ਅੱਛੇ ਤਰੀਕੇ ਨਾਲ ਨਹੀਂ ਸਮਝਦੇ, ਤੋ ਮੈਂ ਵੀਡੀਓ ਉਹਨਾਂ ਲਈ ਬਣਾ ਰਿਹਾ ਕਿ ਉਹ ਕਿਤੇ ਭਟਕ ਨਾ ਜਾਣ ਜਾਂ ਉਹ ਕਿਸੇ ਕਾਰਨ ਉਹ ਠੁੱਕਰ ਦਾ ਕਾਰਨ ਨਾ ਬਣ। ਸੋ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ। ਤੋ ਆਓ ਸਭ ਤੋਂ ਪਹਿਲਾਂ ਅਸੀਂ ਇਸ ਇੱਕ ਵੀਡੀਓ ਕਲਿੱਪ ਨੂੰ ਔਰ ਨੂੰ ਦੇਖਦੇ ਹਾਂ। ਮਰੀਅਮ ਜਿਹੜੀ ਉਹ ਦੇਖੋ, ਇੱਕ ਤਾਂ ਉਹ ਦੂਜੇ ਧਰਮ ਦੀ ਗੱਲ ਹੈਗੀ, ਮੈਂ ਉਹਦੇ ਉੱਤੇ ਕਿੰਤੂ ਕਰਦਾ ਚੰਗਾ ਨਹੀਂ ਲੱਗਦਾ, ਅੱਛਾ ਨਹੀਂ ਲੱਗਦਾ। ਪਰ ਜੇ ਤੁਸੀਂ ਆਪਾਂ ਆਮ ਗੱਲ ਜਿਹੜੀ ਹੈ ਜਨਰਲ ਗੱਲ ਉਹ ਤਾਂ ਆਪਾਂ ਕਰ ਸਕਦੇ ਹਾਂ ਕਿ ਕਿਸੇ ਔਰਤ ਨੂੰ ਉਹਦਾ ਸ਼ਾਦੀ ਨਾ ਹੋਈ ਹੋਵੇ, ਕੋਈ ਔਰਤ ਮਰਦ ਦੇ ਸੰਪਰਕ ਵਿੱਚ ਨਾ ਆਵੇ ਅਤੇ ਉਹਨੂੰ ਬੱਚਾ ਪੈਦਾ ਹੋ ਜਾਵੇ, ਇਹ ਸੰਭਵ ਨਹੀਂ ਹੈਗਾ। ਜੇ ਆਮ ਜੀਵਨ ਦੇ ਵਿੱਚ ਇਹ ਸੰਭਵ ਨਹੀਂ ਹੈਗਾ, ਬਾਇਓਲੋਜੀਕਲੀ ਇਹ ਸੰਭਵ ਨਹੀਂ ਹੈ, ਵਿਗਿਆਨਿਕ ਢੰਗ ਦੇ ਤੌਰ 'ਤੇ ਇਹ ਸੰਭਵ ਨਹੀਂ ਹੈ, ਅਤੇ ਮਰੀਅਮ ਤੋਂ ਵੀ ਇੱਕ ਉਹਦਾ ਪਤੀ ਨਾ ਹੋਵੇ ਅਤੇ ਪਤੀ ਤੋਂ ਬਗੈਰ ਕੁਆਰੀ ਨੂੰ ਵੀ ਬੱਚਾ ਪੈਦਾ ਹੋ ਗਿਆ, ਉਹਦੇ ਵਾਸਤੇ ਜਿਹੜੀ ਜਸਟੀਫਿਕੇਸ਼ਨ ਦਿੱਤੀ ਜਾਂਦੀ ਹੈ, ਜਿਹੜੇ ਆਮ ਲੋਕ ਈਸਾਈ ਮਤ ਵਿੱਚੋਂ ਵੀ ਜਾਂ ਜਿਹੜੇ ਤਰਕਸ਼ੀਲ ਲੋਕ ਨੇ ਇਸ ਗੱਲ ਨੂੰ ਮਾਨਤਾ ਨਹੀਂ ਦਿੰਦੇ ਕਿ ਇਹੋ ਜਿਹੀ ਗੱਲ ਕੋਈ ਹੋਈ ਹੋਵੇ ਕਿ ਕੁਆਰੀ ਮਰੀਅਮ ਦੇ ਪੇਟ ਦੇ ਵਿੱਚੋਂ ਬੱਚਾ ਪੈਦਾ ਹੋ ਗਿਆ ਹੋਵੇਗਾ। ਉਹ ਇਹ ਕਹਿੰਦੇ ਨੇ ਕਿ ਈਸਾਈ ਨੂੰ, ਕਿਉਂਕਿ ਜਿਹਨਾਂ ਲੋਕਾਂ ਨੇ, ਕਿਉਂਕਿ ਉਹਨਾਂ ਬਾਰੇ ਜੋ ਲਿਖਿਆ ਗਿਆ ਨਾ, ਉਹਨਾਂ ਤੋਂ 300-400 ਸਾਲ ਬਾਅਦ ਵਿੱਚ ਲਿਖਿਆ ਗਿਆ, ਈਸਾ ਮਸੀਹ ਦੇ ਵੇਲੇ ਕੁਛ ਨਹੀਂ ਲਿਖਿਆ ਗਿਆ। ਬਾਅਦ ਵਿੱਚ ਗੋਸਪਲ ਆਏ ਆ, ਗੋਸਪਲ ਤੋਂ ਬਾਅਦ ਫਿਰ ਨਿਊ ਟੈਸਟਾਮੈਂਟ ਬਣੀ ਹੈ, ਉਹਦੇ ਵਿੱਚ ਇਹ ਕਹਾਣੀ ਆਈ ਹੈ। ਕੁਛ ਗੋਸਪਲ ਹੈਗੇ ਨੇ ਪਹਿਲੇ ਜਿਹੜੇ ਆ, ਉਹਨਾਂ ਦੇ ਵਿੱਚ ਇਹ ਕਹਾਣੀ ਹੈ ਹੀ ਨਹੀਂ ਹੈ ਕਿ ਮਰੀਅਮ ਦੇ ਪੇਟ ਵਿੱਚ ਇੱਕ ਵਾਰੀ ਮਰੀਅਮ ਦੇ ਨੇ ਬੱਚੇ ਈਸਾਈ ਨੂੰ ਜਨਮ ਦਿੱਤਾ ਸੀਗਾ। ਹਾਂਜੀ, ਉਹਨਾਂ 'ਚ ਕਹਾਣੀ ਨਹੀਂ ਹੈਗੀ, ਬਾਅਦ 'ਚ ਕਹਾਣੀ ਐਡ ਕੀਤੀ ਗਈ ਹੈ। ਐਡ ਕਰਨ ਦਾ ਕਾਰਨ ਜੋ ਦੱਸਿਆ ਜਾਂਦਾ ਤਰਕਸ਼ੀਲਾਂ ਵੱਲੋਂ, ਉਹ ਇਹ ਦੱਸਿਆ ਜਾਂਦਾ ਹੈ ਕਿਉਂਕਿ ਈਸਾ ਮਸੀਹ ਨੂੰ ਰੱਬ ਦਾ ਬੇਟਾ ਕਹਿਣਾ ਸੀ ਉਹਨਾਂ ਨੇ, ਕਿ ਈਸਾ ਮਸੀਹ ਰੱਬ ਦਾ ਬੇਟਾ ਸੀ। ਜੇ ਰੱਬ ਦਾ ਬੇਟਾ ਸੀਗਾ, ਤੇ ਕਿਉਂਕਿ ਉਹਨਾਂ ਦਾ ਜਿਹੜਾ ਈਸਾਈਆਂ ਦਾ ਰੱਬ ਦਾ ਕਨਸੈਪਟ ਹੈ, ਉਹਦੇ 'ਚ ਤਿੰਨ ਹਿੱਸੇ ਹੈ, ਇੱਕ ਗੋਡ, ਇੱਕ ਗੋਡ ਦਾ ਬੇਟਾ ਜੀਸਸ ਮਸੀਹ, ਤੇ ਤੀਜੀ ਹੋਲੀ ਸਪਿਰਿਟ। ਤੇ ਉਹਨਾਂ ਨੇ ਕਿਉਂਕਿ ਜੀਸਸ ਨੂੰ ਪਰਮਾਤਮਾ ਦਾ ਬੇਟਾ ਸਾਬਤ ਕਰਨਾ ਸੀ, ਇਸ ਕਰਕੇ ਉਹਨਾਂ ਨੇ ਇਹ ਕਿਹਾ ਕਿ ਜਦੋਂ ਮਰੀਅਮ ਦੇ ਪੇਟ ਵਿੱਚ ਪੈਦਾ ਹੋਇਆ, ਉਹਦਾ ਕੋਈ ਦੁਨਿਆਵੀ ਬਾਪ ਨਹੀਂ ਹੈਗਾ ਸੀ, ਦੁਨਿਆਵੀ ਬਾਪ ਨਹੀਂ ਹੈਗਾ ਸੀ, ਇਹਦਾ ਮਤਲਬ ਉਹ ਕੁਆਰੀ ਦੇ ਪੈਦਾ ਹੋ ਗਿਆ ਸੀਗਾ। ਇਹ ਇੱਕ ਕਹਾਣੀ ਬਣਾਈ ਹੋਈ ਹੈ, ਇਸੇ ਤਰ੍ਹਾਂ ਕਹਾਣੀਆਂ ਗੁਰੂ ਸਾਹਿਬਾਨ ਬਾਰੇ ਬਣਾਈਆਂ। ਇਹਦੇ ਤੁਸੀਂ ਰੱਤੀ ਭਰ ਸੱਚ ਨਹੀਂ ਮੰਨਦੇ ਕਹਾਣੀ 'ਚ? ਨਾ, ਮੈਂ ਬਿਲਕੁਲ ਸੱਚ ਨਹੀਂ ਮੰਨਦਾ, ਮੰਨ ਹੀ ਨਹੀਂ ਸਕਦਾ, ਸੰਭਵ ਹੀ ਨਹੀਂ ਹੈਗਾ ਔਰਤ ਹੈ, ਬਾਇਓਲੋਜੀਕਲੀ ਸੰਭਵ ਨਹੀਂ ਹੈਗਾ ਕਿ ਇੱਕ ਔਰਤ ਮਰਦ ਦੇ ਸੰਪਰਕ ਵਿੱਚ ਆਵੇ ਹੀ ਨਾ, ਅਤੇ ਨੈਚੁਰਲ ਪ੍ਰਕਿਰਿਆ ਹੋਵੇ ਹੀ ਨਾ, ਅਤੇ ਫਿਰ ਉਹਦੇ ਬੱਚਾ ਪੈਦਾ ਹੋ ਜਾਏ, ਇਹ ਸੰਭਵ ਹੀ ਨਹੀਂ। ਓਕੇ, ਤਾਂ ਤੁਸੀਂ ਹੁਣੇ ਹੁਣੇ ਇਸ ਵੀਡੀਓ 'ਚ ਦੇਖਿਆ ਜੋ ਇਕਬਾਲ ਸਿੰਘ ਢਿੱਲੋਂ ਜੀ ਮਰੀਅਮ ਸੀ ਦੇ ਬਾਰੇ ਬੋਲ ਰਹੇ ਨੇ ਕਿ ਇੱਕ ਕੁਆਰੀ ਕਿਵੇਂ ਬੱਚਾ ਪੈਦਾ ਕਰ ਸਕਦੀ ਹੈ ਜਦ ਤੱਕ ਉਹ ਆਦਮੀ ਦੇ ਸੰਪਰਕ ਵਿੱਚ ਨਹੀਂ ਆਏਗੀ। ਔਰ ਇੱਕ ਔਰਤ ਪਤੀ ਦੇ ਬਗੈਰ ਕਿਵੇਂ ਬੱਚਾ ਪੈਦਾ ਕਰ ਸਕਦੀ ਹੈ, ਔਰ ਇਹ ਵਿਗਿਆਨਿਕ ਵੀ ਦੱਸਦੇ ਨੇ।
ਸੋ ਮੈਂ ਇਕਬਾਲ ਸਿੰਘ ਢਿੱਲੋਂ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਿਆਣੇ ਕਹਿੰਦੇ ਬਹੁਤਾ ਗਿਆਨ ਘਮੰਡ ਉਤਪੰਨ ਕਰਦਾ ਅਤੇ ਮੂਰਖਤਾ ਨੂੰ ਪੈਦਾ ਕਰਦਾ ਆ ਅਤੇ ਅਧੂਰਾ ਗਿਆਨ ਜਿਹੜਾ ਆ ਉਹ ਨੁਕਸਾਨਦੇਹ ਆ। ਜਿਵੇਂ ਕਹਿੰਦੇ ਅਧੂਰਾ ਡਰਾਈਵਰ ਉਹ ਗੱਡੀ ਦਾ ਵੀ ਨੁਕਸਾਨ ਕਰਦਾ ਆਪਣਾ ਵੀ ਅਤੇ ਗੱਡੀ 'ਚ ਬੈਠਿਆਂ ਦਾ ਵੀ। ਸੋ ਜੋ ਕੁਝ ਵੀ ਤੁਸੀਂ ਬੋਲ ਰਹੇ ਹੋ ਕਿ ਇਹਨਾਂ ਦਾ ਜੋ ਪਹਿਲਾਂ ਦਾ ਗੋਸਪਲ ਸੀ ਉਹਦੇ ਵਿੱਚ ਇਹ ਗੱਲਾਂ ਨਹੀਂ ਸੀ ਲਿਖੀਆਂ। ਇਹ ਨਿਊ ਟੈਸਟਮੈਂਟ ਜਦੋਂ ਆਇਆ ਅਤੇ ਨਿਊ ਟੈਸਟਮੈਂਟ ਜਦੋਂ ਲਿਖਿਆ ਗਿਆ ਅਤੇ ਉਹਦੇ ਤੋਂ ਬਾਅਦ 'ਚ ਇਹਨਾਂ ਨੇ ਗੱਲਾਂ ਐਡ ਕੀਤੀਆਂ ਆ। ਇਹ ਬਾਅਦ ਵਿੱਚ ਕਹਾਣੀ ਬਣਾਈ ਗਈ ਆ ਕਿ ਇੱਕ ਮਰੀ ਇੱਕ ਵਾਰੀ ਤੋਂ ਪੈਦਾ ਹੋਇਆ ਹੈ ਨਾ, ਇਹ ਬਾਅਦ ਵਿੱਚ ਇਹ ਕਹਾਣੀ ਜੋੜੀ ਗਈ ਆ, ਐਡ ਕੀਤੀ ਗਈ ਆ। ਸੋ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਅਜਿਹਾ ਕੁਝ ਵੀ ਨਹੀਂ ਆ। ਜਾਂ ਤਾਂ ਤੁਸੀਂ ਸੁਣਿਆ ਸੁਣਾਇਆ ਗਿਆਨ ਜਾਂ ਜਿਨ੍ਹਾਂ ਦਾ ਵੀ ਤੁਸੀਂ ਨਾਮ ਲੈ ਰਹੇ, ਤਰਕਸ਼ੀਲ ਵੀ ਕਹਿੰਦੇ ਨੇ ਇਹ ਗੱਲ, ਤਾਂ ਤੁਸੀਂ ਲੱਗਦਾ ਬਾਈਬਲ ਨੂੰ ਪੜ੍ਹਿਆ ਨਹੀਂ ਆ, ਤਰਕਸ਼ੀਲ ਵਾਲਿਆਂ ਕੋਲ ਹੀ ਫਿਰ ਤੁਸੀਂ ਸੁਣਿਆ ਆ ਅਤੇ ਸੁਣੀਆਂ ਸੁਣਾਈਆਂ ਗੱਲਾਂ ਤੁਸੀਂ ਇਹ ਬੋਲ ਰਹੇ ਹੋ। ਤੁਸੀਂ ਬਾਈਬਲ ਪੜ੍ਹੋ ਤਾਂ ਤੁਹਾਨੂੰ ਪਤਾ ਲੱਗੇਗਾ। ਫਿਰ ਤੁਸੀਂ ਇਹ ਵੀ ਨਹੀਂ ਮੰਨੋਗੇ ਕਿ ਪਰਮੇਸ਼ਰ ਨੇ ਜਿੰਨੇ ਇਸ ਦੁਨੀਆਂ ਨੂੰ ਬਣਾਇਆ, ਜਿੰਨੇ ਇਸ ਆਕਾਸ਼ ਨੂੰ ਬਣਾਇਆ, ਇਸ ਪ੍ਰਿਥਵੀ ਨੂੰ ਬਣਾਇਆ ਆ, ਆਕਾਸ਼ ਜਿਹੜਾ ਆ ਹਵਾ ਦੇ ਵਿੱਚ ਆ। ਸਾਇੰਸ ਦੱਸਦੀ ਆ, ਵਿਗਿਆਨ ਦੱਸਦਾ ਕਿ ਜਿਹੜੀ ਧਰਤੀ ਆ ਜਿਸ ਦੇ ਉੱਪਰ ਅਸੀਂ ਰਹਿੰਦੇ ਹਾਂ ਇਹ ਹਵਾ ਦੇ ਵਿੱਚ ਕਿਸੇ ਚੀਜ਼ ਦੇ ਉੱਪਰ ਟਿੱਕੀ ਹੋਈ ਨਹੀਂ ਹੈ। ਫਿਰ ਤੁਸੀਂ ਇਹ ਵੀ ਕਹੋ ਕਿ ਝੂਠ ਆ। ਫਿਰ ਮੈਂ ਤੁਹਾਨੂੰ ਕਹਾਂ ਕਿ ਇਸ ਧਰਤੀ ਉੱਤੇ ਜਿਹੜਾ ਪਹਿਲਾ ਮਨੁੱਖ ਸੀ ਪਰਮਾਤਮਾ ਨੇ ਉਹ ਮਿੱਟੀ ਦਾ ਬਣਾਇਆ ਅਤੇ ਜਿਹੜੀ ਪਹਿਲੀ ਔਰਤ ਸੀ ਉਹਦੀ ਪਸਲੀ ਤੋਂ ਬਣਾਈ ਆ, ਅਤੇ ਤੁਸੀਂ ਫਿਰ ਕਹੋਗੇ ਹੋ ਹੀ ਨਹੀਂ ਸਕਦਾ ਕਦੇ ਵੀ, ਇੱਦਾਂ ਕਿੱਦਾਂ ਹੋ ਸਕਦਾ, ਅਸੰਭਵ ਹੈ, ਇੱਦਾਂ ਕਿੱਦਾਂ ਹੋ ਸਕਦਾ ਹੈ, ਸਭ ਕੁਝ ਹੋ ਸਕਦਾ ਹੈ। ਅਗਰ ਪਰਮਾਤਮਾ ਜੋ ਬਣਾਉਣ ਵਾਲਾ ਏਡੇ ਵੱਡੇ ਕਾਸ਼ ਨੂੰ ਹਵਾ 'ਚ ਰੱਖ ਸਕਦਾ, ਇਸ ਧਰਤੀ ਜਿਹੜੀ ਆ ਇਹ ਕਿੰਨੀ ਵੱਡੀ ਹੈ ਕਿਸੇ ਸਾਇੰਸ ਨੂੰ ਵੀ ਨਹੀਂ ਪਤਾ, ਇਹਦੀ ਡੂੰਘਾਈ ਕਿੰਨੀ ਆ ਕੋਈ ਨਹੀਂ ਜਾਣਦਾ, ਔਰ ਸਾਇੰਸ ਦੱਸਦੀ ਹਵਾ ਦੇ ਵਿੱਚ ਹੈ ਕਿਸੇ ਚੀਜ਼ 'ਤੇ ਟਿੱਕੀ ਨਹੀਂ। ਤੋ ਪਰਮਾਤਮਾ ਜੋ ਬਣਾਉਣ ਵਾਲਾ ਆ ਉਹ ਸਭ ਕੁਝ ਕਰ ਸਕਦਾ। ਹੁਣ ਤੁਸੀਂ ਇਸ ਗੱਲ ਦਾ ਯਕੀਨ ਨਹੀਂ ਕਰੋਗੇ ਕਿ ਇਨਸਾਨ ਪਰਮਾਤਮਾ ਨੇ ਇਸ ਪਵਿੱਤਰ ਵਚਨ 'ਚ ਲਿਖਿਆ ਕਿ ਉਹਨੂੰ ਮਿੱਟੀ ਦਾ ਬਣਾਇਆ ਆ, ਮਤਲਬ ਕੀ ਆ ਮਿੱਟੀ ਦਾ ਬਣਾਇਆ ਆ। ਔਰ ਤੁਸੀਂ ਇਸ ਗੱਲ ਦਾ ਯਕੀਨ ਨਹੀਂ ਕਰੋਗੇ ਨਾ, ਕਿੱਦਾਂ ਕਿੱਦਾਂ ਹੋ ਸਕਦਾ, ਸਭ ਕੁਝ ਹੋ ਸਕਦਾ। ਜੋ ਤੁਸੀਂ ਬਾਈਬਲ ਪੜ੍ਹੋਗੇ, ਪਵਿੱਤਰ ਵਚਨ ਨੂੰ ਪੜ੍ਹੋਗੇ, ਫਿਰ ਤੁਹਾਨੂੰ ਸਮਝ ਆਏਗੀ। ਫਿਰ ਜਿਸ ਗੋਸਪਲ ਦੀ ਤੁਸੀਂ ਗੱਲ ਕਰਦੇ ਹੋ ਕਿ ਇਹਨਾਂ ਦਾ ਪਹਿਲਾਂ ਦਾ ਜਿਹੜਾ ਗੋਸਪਲ ਲਿਖਿਆ ਗਿਆ ਆ ਉਹਦੇ ਵਿੱਚ ਇਹ ਕਹਾਣੀ ਨਹੀਂ ਸੀ ਹੈਗੀ, ਇਹਨਾਂ ਨੇ ਬਾਅਦ ਵਿੱਚ ਐਡ ਕੀਤੀ ਹੈ। ਅਤੇ ਮੈਂ ਦੱਸਣਾ ਤੁਹਾਨੂੰ ਚਾਹੁੰਦਾ ਕਿ ਸਭ ਕੁਝ ਪਹਿਲਾਂ ਤੋਂ ਹੀ ਲਿਖਿਆ ਗਿਆ। ਜਦੋਂ ਅਸੀਂ ਯਸ਼ਾਇਆ 7:14 'ਚ ਪੜ੍ਹਦੇ ਹਾਂ, ਬਹੁਤ ਸਾਰੇ ਨਬੀਆਂ ਨੇ ਭਵਿੱਖਬਾਣੀ ਪਹਿਲਾਂ ਤੋਂ ਕਰਤੀ, ਔਰ ਯਸ਼ਾਇਆ ਦੀ ਪੁਸਤਕ 'ਚ ਲਿਖਿਆ ਉਹਦੀ 7:14 'ਚ ਕਿ ਕੁਆਰੀ ਗਰਭਵਤੀ ਹੋਏਗੀ ਔਰ ਉਹ ਇੱਕ ਬੱਚਾ ਨੂੰ ਪੈਦਾ ਕਰੇਗੀ ਕੁਆਰੀ, ਅਤੇ ਪਹਿਲਾਂ ਤੋਂ ਭਵਿੱਖਬਾਣੀ ਹੋ ਗਈ ਸੀ। ਤੁਸੀਂ ਕਹਿੰਦੇ ਕਿ ਇਹਨਾਂ ਦੇ ਪਹਿਲਾਂ ਦੇ ਗੋਸਪਲ ਵਿੱਚ ਇਹ ਗੱਲਾਂ ਨਹੀਂ ਲਿਖੀਆਂ, ਇਹ ਲਿਖੀਆਂ ਨਹੀਂ। ਤੁਸੀਂ ਪਹਿਲਾਂ ਬਾਈਬਲ ਨੂੰ ਜਾਂ ਤਾਂ ਪੜ੍ਹ ਲਓ ਅਤੇ ਜਾਂ ਕਿਸੇ ਕੋਲ ਸਿੱਖ ਲਓ ਚੰਗੀ ਤਰ੍ਹਾਂ। ਇੱਦਾਂ ਦੀਆਂ ਵੀਡੀਓ ਨੂੰ ਬਣਾਉਣ ਤੋਂ ਪਹਿਲਾਂ ਤੁਸੀਂ ਇਹ ਜਿਹੜੇ ਵੀ ਤੁਸੀਂ ਸ਼ਬਦ ਬੋਲ ਰਹੇ ਹੋ ਹੈ ਨਾ, ਕਿ ਜਿਹੜੇ ਜੀਜਸ ਆ ਹੈ ਨਾ, ਜਿਹੜਾ ਖੁਦਾ ਦਾ ਬੇਟਾ ਆ ਉਹ ਕੁਆਰੀ ਤੋਂ ਨਹੀਂ ਪੈਦਾ ਹੋਇਆ,
ਤੋ ਇਹਨੂੰ ਗੱਲ ਨੂੰ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਸਿੱਖ ਲਓ ਔਰ ਸਮਝ ਲਓ ਤਾਂ ਕਿ ਤੁਹਾਨੂੰ ਸਮਝ ਆਵੇ। ਤੁਸੀਂ ਇੱਦਾਂ ਦੀਆਂ ਵੀਡੀਓ ਬਣਾ ਕੇ ਲੋਕਾਂ ਦੇ ਮਨਾਂ ਦੇ ਅੰਦਰ ਗਲਤ ਭਾਵਨਾ ਨਾ ਪੈਦਾ ਕਰੋ, ਔਰ ਇਹੋ ਜਿਹੇ ਪੱਤਰਕਾਰਾਂ ਦੇ ਲਈ ਵੀ ਜਿਹੜੇ ਆਪਣੇ ਚੈਨਲ ਨੂੰ ਪ੍ਰਮੋਟ ਕਰਨ ਦੇ ਲਈ ਇੱਦਾਂ ਦੀਆਂ ਵੀਡੀਓ ਬਣਾਉਂਦੇ ਨੇ। ਤੋ ਬਸ ਮੇਰਾ ਇਹੀ ਮਕਸਦ ਹੈ ਇਸ ਵੀਡੀਓ ਨੂੰ ਬਣਾਉਣ ਦਾ ਪਰਮੇਸ਼ੁਰ ਦੇ ਲੋਕਾਂ ਦੇ ਲਈ, ਤਾਂ ਕਿ ਕੋਈ ਵੀ ਬੰਦਾ ਇੱਦਾਂ ਦੀਆਂ ਫਾਲਤੂ ਗੱਲਾਂ ਨੂੰ ਸੁਣ ਕੇ ਠੋਕਰ ਦਾ ਕਾਰਨ ਨਾ ਬਣੇ, ਕਿਉਂਕਿ ਜੀਸਸ ਇੱਕ ਪੂਰੀ ਦੁਨੀਆ ਦੇ ਲਈ ਭੇਤ ਆ ਔਰ ਇਹ ਸੱਚ ਤੋਂ ਦੁਨੀਆ ਦੂਰ ਆ, ਕਿਉਂਕਿ ਜੀਸਸ ਦਾ ਯਿਸੂ ਮਸੀਹ ਦਾ ਇਸ ਦੁਨੀਆ 'ਚ ਆਉਣਾ ਇੱਕ ਬਹੁਤ ਵੱਡਾ ਭੇਤ ਆ ਔਰ ਉਹੀ ਉਹਨੂੰ ਸਮਝ ਸਕਦਾ ਆ ਜੋ ਉਹਦੇ ਕੋਲ ਆਏਗਾ, ਦੂਸਰਾ ਬੰਦਾ ਨਹੀਂ ਸਮਝ ਸਕਦਾ। ਦੂਸਰਾ ਉਹਨੂੰ ਕਹਾਣੀ ਸਮਝੇ, ਉਹਨੂੰ ਕੁਝ ਸਮਝੇ, ਤੁਸੀਂ ਕੁਛ ਵੀ ਬੋਲੋ, ਤੁਸੀਂ ਬੋਲਦੇ ਰਹੋ, ਇਹਦੇ ਨਾਲ ਕੁਛ ਵੀ ਹੋਣ ਵਾਲਾ ਨਹੀਂ ਹੈ। ਸੋ ਮੈਂ ਬਸ ਇੰਨਾ ਹੀ ਦੱਸਣਾ ਚਾਹੁੰਦਾ ਔਰ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਦੂਜਿਆਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਇਹ ਮੈਸੇਜ ਦੂਸਰਿਆਂ ਤੱਕ ਜਾਵੇ। ਕੋਈ ਵੀ ਬੰਦਾ ਇਹੋ ਜਿਹੀਆਂ ਫਾਲਤੂ ਗੱਲਾਂ ਦੇ ਵਿੱਚ ਕਿਸੇ ਵੀ ਕਾਰਨ ਦਾ ਠੁੱਕਰ ਦਾ ਕਾਰਨ ਨਾ ਬਣੇ। ਸੋ ਓਕੇ, ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇ ਯਿਸੂ ਮਸੀਹ ਦੇ ਨਾਮ 'ਚ, ਅਮੀਨ।